चौंकी दुसांझ कलां इलाके विच लुट्टां खोहां दीआं वारदातां रुकण दा नाम नहीं लै रहीआं। इन्हां घटनावां विच उदों होर वाधा हो गया जदों पुलिस चौंकी दुसांझ कलां अधीन पैंदे पिंड औजलां टक दे नेड़े पेट्रोल पंप कोल इक व्यक्ति पासों लुटेरे दातर दी नोक ते लुटखो करके फरार हो गए। लुटखो दा शिकार होए पीड़ित गुरदेव सिंह पुत्र गुरनाम सिंह वासी कटाणा ने दस्या कि उह जलंधर विखे इक अखबार विच कम करदा है। बीती रात करीब 8 बजे जलंधर तो वापस आ रहा सी तां जदों औजला टक दे पेट्रोल पंप दे नेड़े आया तां इक मोटरसाइकल ते सवार दो लुटेरियां ने उस नूं घेर लिया ਅਤੇ ਦਾਤਰ ਦਿਖਾ ਕੇ ਉਸ ਕੋਲੋਂ 1500 ਰੁਪਏ ਅਤੇ ਇੱਕ ਮੋਬਾਈਲ ਖੋਹ ਕੇ ਫਰਾਰ ਹੋ ਗਏ। ਸਵੇਰ ਵੇਲੇ ਘਟਨਾ ਦੀ ਜਾਣਕਾਰੀ ਦੁਸਾਂਝ ਕਲਾਂ ਦੀ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰ, ਮੈਂ ਰਾਤ ਦਫ਼ਤਰ ਤੋਂ ਛੁੱਟੀ ਕਰਕੇ ਆ ਰਿਹਾ ਪਿੰਡ ਆਪਣੇ ਪਿੰਡ ਕਟਾਣਾ ਅਤੇ ਰਾਤ 8 ਵਜੇ ਦੇ ਕਰੀਬ ਜਦੋਂ ਮੈਂ ਇੱਥੇ ਪਹੁੰਚਾ ਪਿੱਛੋਂ ਦੋ ਮੁੰਡੇ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ ਆ ਕੇ ਮੇਰੇ ਮੋਟਰਸਾਈਕਲ ਮੂਹਰੇ ਲਾ ਕੇ ਮੈਨੂੰ ਰੋਕ ਲਿਆ ਅਤੇ ਦਾਤ ਕੱਢ ਕੇ ਮੇਰੇ ਪਟਰੇ ਲਾਗੇ ਕੱਟਤਾ ਅਤੇ ਕਹਿੰਦੇ ਜੇ ਕੋਈ ਸ਼ੈਤਾਨੀ ਕੀਤੀ ਕਦੇ ਦਾਤ ਮਾਰ ਦਾਂਗੇ ਅਤੇ ਜੋ ਹੈਗਾ ਕੱਢ ਦੇ। ਫਿਰ ਉਹਨੇ ਆਪੇ ਮੇਰੀਆਂ ਜੇਬਾਂ ਜੁਬਾਂ ਕੱਢੀਆਂ ਫਰੋਲੀਆਂ ਅਤੇ ਪਰਸ ਕੱਢਿਆ ਮੋਬਾਈਲ ਕੱਢਿਆ ਹੋਰ ਜੇਬਾਂ ਸਾਰਾ ਚੱਕ ਚੁੱਕ ਕਰਕੇ ਸਾਰਾ ਕੁਝ ਕੱਢ ਕੇ ਅਤੇ ਪੈਸੇ ਜੇ ਕੱਢ ਕੇ ਪਰਸ ਮੇਰਾ ਸੁੱਟ ਗਿਆ ਅਤੇ ਮੋਬਾਈਲ 'ਤੇ ਪੈਸੇ ਹੋ ਕੇ ਇੱਧਰ ਨੂੰ ਪਾ ਲਈ ਅਤੇ ਮੈਨੂੰ ਕਹਿੰਦੇ ਆ ਜੇ ਮੈਂ ਸਾਡੇ ਮਗਰ ਆਇਆ ਅਤੇ ਉਹਦਾ ਦਾਤ ਮਾਰ ਦੇ ਅਤੇ ਚਾਬੀ ਖੋ ਕੇ ਮੋਟਰਸਾਈਕਲ ਦੀ ਉਹ ਤਾਂ ਨਹੀਂ ਰਹੀ ਸੱਟ ਗਿਆ ਚਾਬੀ ਕਹਿੰਦੇ ਲੱਭ ਲਾ ਚਾਬੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਦੇਖੋ ਜੀ 1500-1600 ਰੁਪਈਆ ਸੀਗਾ ਮੇਰੀ ਜੇਬ 'ਚ ਅਤੇ ਉਹ ਵੀ ਲੈ ਗਿਆ ਅਤੇ ਮੋਬਾਈਲ ਸੀਗਾ ਅਤੇ ਉਹ ਵੀ ਲੈ ਗਿਆ। ਕਿੱਥੇ ਕੁ ਘਟਨਾ ਵਾਪਰੀ ਇਹ? ਇਹ ਔਜਲਾ ਪਿੰਡ ਦੇ ਨਾਲ ਆ ਜੀ, ਔਜਲਾ ਪਿੰਡ ਦੇ ਹੈਗਾ। ਕਿਹੜੀ ਚੌਂਕੀ ਲੱਗਦੀ? ਇਹ ਦੁਸਾਂਝ ਕਲਾਂ ਜੀ, ਦੁਸਾਂਝ ਕਲਾਂ ਵਾਲੀ ਚੌਂਕੀ ਲੱਗਦੀ। ਹਾਂਜੀ ਹਾਂਜੀ, ਉਸ ਦਿਨ ਮੈਂ ਲਿਖਾਈ ਆ ਉਹਨਾਂ ਨੂੰ ਜੇ ਰਿਪੋਰਟ ਲਗਾ ਦਿੱਤੀ ਜੀ। ਹਾਂ, ਅਤੇ ਉਹਨਾਂ ਨੇ ਦਰਜ ਕਰ ਲਿਆ ਅਤੇ ਕਹਿੰਦੇ ਕਾਰਵਾਈ ਕਰਾਂਗੇ।